हर महीने दो कैंप लगते हैं, एक पहले मंगलवार एक तीजे मंगलवार। अज के कैंप 30 मार्च का अज जिहड़ा कैंप आ ਇਹਦੇ ਵਿੱਚ ਨਵੇਂ ਮਰੀਜ਼ ਆ ਜਿਹੜੇ 48 ਆਏ ਨੇ, ਪੁਰਾਣੇ ਆ ਜਿਹੜੇ 187 ਮਰੀਜ਼ ਆਏ ਨੇ ਤੇ 4 ਬੱਚੇ ਨੇ, 9 ਮਰੀਜ਼ਾਂ ਦੀ ਰਿਪੀਟ ਮੈਡੀਸਨ ਆ 248, ਮਤਲਬ 250 ਮਰੀਜ਼ ਪਹੁੰਚਿਆ। ਇਹਦੇ ਵਿੱਚ ਅਗਲਾ ਕੈਂਪ ਆ ਜਿਹੜਾ ਸਾਡਾ ਉਹ 13 ਅਪ੍ਰੈਲ ਦਿਨ ਮੰਗਲਵਾਰ ਦਾ ਜੀ, 13 ਤਰੀਕ ਦਾ, 13 ਤਰੀਕ ਵਿਸਾਖੀ ਵਾਲਾ ਦਿਨ ਆ ਕੈਂਪ ਆ ਸਾਡਾ। ਉਸ ਤੋਂ ਅਗਲੇ ਕੈਂਪ ਆ, ਜੇ ਕਿਸੇ ਨੇ ਕੈਂਪਾਂ ਦੇ ਵਿੱਚ ਲਾਹਾ ਲੈਣਾ, 13 ਅਪ੍ਰੈਲ ਦਾ ਕੈਂਪ ਹੈ ਇੱਕ, ਇੱਕ ਹੈਗਾ ਜੀ 27 ਅਪ੍ਰੈਲ ਦਾ ਕੈਂਪ, ਫਿਰ 11 ਮਈ ਦਾ ਕੈਂਪ ਆ, ਫਿਰ 25 ਮਈ ਦਾ ਕੈਂਪ ਆ। ਇਹਨਾਂ ਕੈਂਪਾਂ 'ਚ ਤੁਸੀਂ ਆਪਣੇ ਉਹਨਾਂ ਪਰਿਵਾਰ ਦੇ ਮੈਂਬਰਾਂ ਨੂੰ ਲਿਆ ਕੇ ਇਲਾਜ ਕਰਾ ਸਕਦੇ ਹੋ, ਜਿਹੜੇ ਕਿਸੇ ਦਿਮਾਗੀ ਬਿਮਾਰੀਆਂ ਤੋਂ ਪੀੜਤ ਨੇ, ਜਿਹੜੇ ਇਸ ਤਰ੍ਹਾਂ ਦੇ ਬੱਚੇ ਸਾਡੇ ਘਰਾਂ 'ਚ ਸਾਨੂੰ ਬੰਨ ਕੇ ਰੱਖਣੇ ਪੈਂਦੇ ਆ, ਉਹ ਅੱਜ ਤੰਦਰੁਸਤ ਠੀਕ ਜੀਵਨ ਬਤੀਤ ਕਰਦੇ ਆ ਇਹਨਾਂ ਦਵਾਈਆਂ ਦੇ ਨਾਲ। ਜਿਹੜੇ ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ ਸੱਜਣਾ ਨਾਲ ਕਮਰਿਆਂ 'ਚ ਬੰਦ ਕਰਕੇ ਰੱਖਣਾ ਪੈਂਦਾ ਸੜਕਾਂ 'ਤੇ, ਪਿੰਡਾਂ ਦੇ ਵਿੱਚ 20-20 ਸਾਲਾਂ ਤੋਂ ਇੱਦਾਂ ਹੀ ਤੁਰੇ ਫਿਰਦੇ ਨੇ ਵਿਚਾਰੇ, ਸਾਡੀਆਂ ਮਾਵਾਂ ਮੈਂਟਲੀ ਅਪਸੈਟ ਹੋ ਗਈਆਂ, ਸਾਡੀਆਂ ਭੈਣਾਂ, ਕਿਸੇ ਦੇ ਘਰ 'ਚ ਧੀ ਜੀ ਦੇ ਮੰਦ ਬੁੱਧੀ ਜਾਂ ਮੈਂਟਲੀ ਅਪਸੈਟ ਪੈਦਾ ਹੋ ਗਈ, ਉਹਦੇ ਘਰ ਦੇ ਵਿੱਚ ਜਿਹੜੇ ਹਾਲਾਤ 'ਤੇ ਉਹਦੇ ਘਰ ਦੇ ਪਰਿਵਾਰ ਦੇ ਉੱਪਰ ਕੀ ਬੀਤੀ ਹੋਊਗੀ ਉਹ ਆਪਾਂ ਸਮਝ ਨਹੀਂ ਸਕਦੇ। ਭੈਣ ਆਪਣੀ ਧੀ ਨੂੰ ਲੈ ਕੇ ਆਈ ਆ, ਨਾਲ ਇਸ ਧੀ ਦੀ ਇੱਜ਼ਤ ਵੀ ਜੁੜੀ ਆ, ਜੇ ਪੁੱਤ ਹੁੰਦਾ ਬਾਹਰ ਵੀ ਤੁਰਿਆ ਫਿਰਦਾ ਸੜਕ ਤੇ ਕੋਈ ਦਿੱਕਤ ਨਹੀਂ ਸੀ, ਪਰ ਧੀ ਦੇ ਨਾਲ ਇੱਜ਼ਤ ਜੁੜੀ ਆ ਤੇ ਅੱਜ ਦਾ ਦਰਿੰਦਾ ਸਮਾਜ ਉਹ ਸਾਨੂੰ ਇਸ ਗੱਲ ਤੋਂ ਇੱਕ ਅਹਿਸਾਸ ਕਰਾਉਂਦਾ ਵਾ ਡਰ ਦਾ, ਭੈ ਦਾ, ਜਿਹਦੇ ਕਰਕੇ ਸਾਡੀਆਂ ਧੀਆਂ ਨੂੰ, ਸਾਡੇ ਉਹਨਾਂ ਵੀਰਾਂ ਭੈਣਾਂ ਨੂੰ ਬੰਨ ਕੇ ਰੱਖਣਾ ਪੈਂਦਾ, ਕਮਰਿਆਂ 'ਚ ਬੰਦ ਕਰਕੇ ਰੱਖਣਾ ਪੈਂਦਾ, ਜਿਹੜੀਆਂ ਕਿਸੇ ਨਾ ਕਿਸੇ ਵਜ੍ਹਾ ਕਰਕੇ ਦਿਮਾਗੀ ਬਿਮਾਰੀਆਂ ਤੋਂ ਪੀੜਤ ਹੋ ਜਾਂਦੀਆਂ। ਕਿਉਂਕਿ ਕੋਈ ਲੜਕਾ ਹੋਵੇ ਤਾਂ ਉਹਨੂੰ ਬੰਨਣ ਦੀ ਨਹੀਂ ਵੀ ਲੋੜ, ਉਹ ਬਾਹਰ ਵੀ ਤੁਰਿਆ ਫਿਰੂ, ਕੋਈ ਦਿੱਕਤ ਨਹੀਂ। ਧੀਆਂ ਨੂੰ ਖਾਸ ਕਰਕੇ ਦੁੱਖ ਰਹਿਣਾ ਪੈ ਰਿਹਾ, ਸਾਡੀਆਂ ਨੂੰ ਦੋਨੇ ਪਾਸਿਓਂ ਮਾਰ ਪੈ ਰਹੀ ਹੈ, ਇੱਕ ਤਾਂ ਦਿਮਾਗੀ ਪ੍ਰੋਬਲਮ ਆ ਕੁਦਰਤੀ ਮਾਰ ਪੈ ਰਹੀ ਹੈ, ਇੱਕ ਪਰਿਵਾਰ ਵੱਲੋਂ ਵੀ ਪੈ ਰਹੀ ਹੈ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ, ਜਿੰਨੇ ਵੀ ਪਰਿਵਾਰ ਦੇ ਤੁਸੀਂ ਮੈਂਬਰ ਬੈਠੇ ਦੇਖਦੇ ਹੋ, ਇਹ ਸਾਰੇ ਮੈਂਬਰ ਪਿਛਲੇ ਲੰਬੇ ਸਮੇਂ ਤੋਂ ਦਵਾਈਆਂ ਲੈ ਰਹੇ ਨੇ, ਦੋ ਕੈਂਪ ਲਾਉਂਦੇ ਆ, ਦੋਨਾਂ ਕੈਂਪਾਂ 'ਚ ਵੀ 500 ਦੇ ਆਸ ਪਾਸ ਮੈਂਬਰ ਮੈਡੀਸਨ ਲੈਣ ਆਉਂਦੇ ਨੇ ਹਰ ਮਹੀਨੇ। ਹੁਣ ਤੀਕਰ ਸੈਂਕੜੇ ਹੀ ਇੱਦਾਂ ਦੇ ਨੌਜਵਾਨ ਵੀਰ, ਭੈਣ, ਬੱਚੇ, ਬਜ਼ੁਰਗ ਆ, ਜੋ ਕਿ ਆਪਣਾ ਚੰਗਾ ਜੀਵਨ ਬਤੀਤ ਕਰਦੇ ਨੇ। ਇਸ ਕਰਕੇ ਸਾਡੀ ਇੱਕ ਤਾਂ ਹੱਥ ਜੋੜ ਕੇ ਬੇਨਤੀ ਆ, ਵਹਿਮਾਂ ਭਰਮਾਂ 'ਚ ਨਾ ਪਵੋ। ਚੌਂਕੀਆਂ ਭਰਨ ਜਾਣਾ ਕਿਸੇ ਬਾਬੇ ਦੇ, ਐਵੇਂ ਆਪਾਂ ਕਿਸੇ ਬਾਬੇ ਨੂੰ ਪੈਸੇ ਲਟਾਈ ਜਾਈਏ, ਕਿਸੇ ਸਾਧ ਤੋਂ ਚਮਟੇ ਖਾਈ ਜਾਈਏ, ਝਾੜੂ ਖਾਈ ਜਾਈਏ, ਐਵੇਂ ਕਿਸੇ ਦੀ ਸਵਾਹ ਦੀਆਂ ਮੋਟੀਆਂ ਭਰ ਭਰ ਕੇ ਖਾਈ ਜਾਈਏ, ਉਹਦੇ ਨਾਲ ਠੀਕ ਨਹੀਂ ਹੋਣਾ। ਇਹ ਬਿਮਾਰੀ ਹੈਗੀ ਆ, ਸਾਇੰਸ ਬੜੀ ਤਰੱਕੀ ਕਰ ਚੁੱਕੀ ਆ, ਦਿਮਾਗ ਦੀ, ਦਿਮਾਗ ਦੇ ਵਿੱਚ ਜਦੋਂ ਕੋਈ ਆਪਣੇ ਕੈਮੀਕਲ ਚੇਂਜ ਹੁੰਦੇ ਨੇ, ਕੋਈ ਇੱਦਾਂ ਦੇ ਚੇਂਜਸ ਆਉਂਦੇ ਨੇ, ਕਿਸੇ ਨੂੰ ਟੈਨਸ਼ਨ ਦੇ ਕਰਕੇ ਹੋ ਜਾਂਦੇ ਨੇ, ਕਿਸੇ ਨੂੰ ਖਾਨਦਾਨੀ ਬਿਮਾਰੀ ਹੁੰਦੀ ਆ, ਬੱਚਿਆਂ ਨੂੰ ਮਾਂ ਬਾਪ ਤੋਂ, ਕਿਸੇ ਖਾਨਦਾਨ ਦੇ ਕਿਸੇ ਹੋਰ ਮੈਂਬਰ ਤੋਂ ਇਹ ਬਿਮਾਰੀ ਮਿਲ ਜਾਂਦੀ ਆ, ਤੇ ਇਹ ਬਿਮਾਰੀ ਦਾ ਇਲਾਜ ਹੈਗਾ 100% ਇਲਾਜ। ਆਪਾਂ ਬੈਠੇ ਨੇ ਮੈਂਬਰ ਜਿਹੜੇ ਸੰਗਲਾਂ ਨਾਲ ਬੰਨ ਬੰਨ ਕੇ ਰੱਖੇ ਸੀ, ਅੱਜ ਠੀਕ ਹੋ ਗਏ ਨੇ। ਇਹ ਮਾਂ ਆਪਣੇ ਪੁੱਤ ਨੂੰ ਲੈ ਕੇ ਆਏ ਆ, ਭੈਣੇ ਕਿੰਨਾ ਟਾਈਮ ਹੋ ਗਿਆ ਦਵਾਈ ਚੱਲਦੇ ਨੂੰ, ਕੋਈ ਫਰਕ ਪਿਆ? ਬਹੁਤ ਫਰਕ ਪਿਆ ਜੀ, ਪਿਛਲੀ ਵਾਰ ਰੋਂਦੇ ਸੀ ਵੀ ਸਾਡਾ ਪੁੱਤ ਠੀਕ ਹੋ ਜਾਵੇ, ਸਾਨੂੰ ਕੁੱਟਦਾ ਮਾਰਦਾ, ਚੀਜ਼ਾਂ ਭੰਨਦਾ, ਅਸੀਂ ਬਜ਼ੁਰਗ ਹੋ ਰਹੇ ਹਾਂ, ਇਹ ਤਾਕਤਵਰ ਹੋ ਰਿਹਾ। ਇੱਕ ਮਹੀਨੇ ਦੇ ਵਿੱਚ ਹੀ ਇਸ ਮਾਂ ਦੇ ਜਜ਼ਬਾਤ ਆ ਜਿਹੜੇ, ਇਹ ਸਾਨੂੰ ਦੱਸਦੇ ਆ ਵੀ ਕਿੰਨਾ ਫਰਕ ਪੈ ਗਿਆ ਇਸ ਬੱਚੇ ਨੂੰ। ਕੀ ਨਾਮ ਉਹਨਾਂ? ਕਰਮ ਸਿੰਘ। ਪਰਮਾਤਮਾ ਮਿਹਰ ਕਰੇ, ਇਹ ਪਿੱਛੇ ਬਾਪੂ ਬੈਠਾ ਵਾ, ਇਹ ਬੇਬੇ ਆ, ਦੋਨੋਂ ਬਜ਼ੁਰਗ ਜੋੜਾ ਇਸ ਉਮਰ ਦੇ ਵਿੱਚ ਜਿੱਥੇ ਇਹਨਾਂ ਦੀ ਸੇਵਾ ਕਰਾਉਣ ਦਾ ਟਾਈਮ ਆ ਬੱਚਿਆਂ ਤੋਂ, ਇਹਨਾਂ ਨੂੰ ਸੇਵਾ ਕਰਨੀ ਪੈ ਰਹੀ। ਮੈਂ ਦੀ ਦੂਸਰੀ ਮੰਮੀ ਆ, ਕੋਈ ਨੀ, ਹਾਂਜੀ
पागलखाने छड़ देना ਉਹ ਵੀ ਤੁਹਾਡੀ ਮੂਵੀ ਦੇਖਦੇ ਕਰਕੇ ਮੈਨੂੰ ਹੁਣ ਹੋਇਆ ਵੀ ਇਹ ਠੀਕ ਹੋਊਗਾ ਹੁਣ ਫਰਕ ਪੈ ਗਿਆ ਬਹੁਤ ਜ਼ਿਆਦਾ ਹੁਣ ਆਪਦਾ ਆਪਣੇ ਆਪ ਨਾ ਵੀ ਲੈਂਦਾ ਸਭ ਕੁਝ ਕਰ ਲੈਂਦਾ ਆਵੇਂ ਕਰਨ ਸਿੰਘ ਕਿਵੇਂ ਆ ਜਿੰਦਾ ਠੀਕ ਆ ਇਹ ਕੌਣ ਮੰਮੀ ਕੌਣ ਮੰਮੀ ਬੋਲੇ ਸੋਨਹਾ गुरबाणी भी यही दसदी है लॉजिक की है लॉजिक यही है साइंस ने तरक्की की है डॉक्टर की बड़ी वड्डी एक सियाणी टीम है जिहड़ी साडे नाल जुड़ी हुई है जिहड़े दवाइयां दिंदे आ ममता सिंगला भैन साडी सीएमसी हस्पताल दे विच परमात्मा ने पता नहीं उन्हूं डॉक्टर ही शायद इन्हां लोकां लई बनाया ही अरदास करते हैं सच्चे पातशाह वाहगुरु अगे डॉक्टर ममता सिंगला सीएमसी हॉस्पिटल च तुसीं सिद्धी भी दवाई लैके देख सकते हो ते डॉक्टर पंकज कुमार डीएमसी हस्पताल दे विच ने ये दोनों ही नौजवान डॉक्टर सच्चे पातशाह इन्हां नूं इन्नी तरक्की बख्शन इन्नी चढ़दी कला बख्शन सदा ही यह वीर साडे भैण लोकां दी सेवा करदे रहण इस तरह के डॉक्टर होने चाहिए साडे समाज च जगराता करते पांच साल तो रात दिन कोई थोके देखिया ही नहीं असी तक सानू पता सी किवे साडे दिल ते की बीतदी सी जदे नू बंद के रखदे सी साडा आपदा दिल रोंदा सी महीने दे विच इन्ना फर्क पै गया ते संगल छुट गया असी संगल भी हुण कूड़े च सिटिया जरा आप बच्चा गाइया नू गन्नदे हुंदे आ मुल लिया के असी स्पैशल बने आ
अज के समय के साइंस के मुताबिक दवाइया ने तरक्की की आ असं इदा के बच्चे भी इतने तुम मिला रहे जो जन्म तो ही पर ठीक हो रहे अपनी क्रिया सुधर जोगे नहीं कह सकते कि जिम्मे मैं नॉर्मल बच्चे वागे भी ठीक हो गए पढ़ने लग चुका या फुटबॉल खेलने लग चुका पर अपनी जो इस टाइम इन तीन बंद फली बैठे ने जिदा बच्चा सारे परिवार को इस टाइम अपने मगर लाइक करता ये प्रॉब्लम ठीक हो जूगी कहीं दो महीने के शांत रहन लग जू सुभा जरा दौरा पैंता वह पैना बंद हो जू जी यदि ब्रेन की ग्रोथ आ हजे किन्नी उम्र होगी 22 साल का हो गया मतलब 21-22 साल तक बच्चे के ब्रेन की ग्रोथ होती है और तक जी ग्रोथ होंगी है वो इदा टॉनिक देंगे डॉक्टर जी ना ब्रेन की ग्रो करना थोड़ी शक्ति बढ़ जाती है तो बच्चा अपनी जिम्मेवारी अपने आप को संभालने जो भी सिक्ख्या लै सके पर परिवार भी ये बहुत वही जिम्मेवारी निभा बच्चे सिखा कि खाना पीना कि कपड़े पाने सारिया चीज़ा दवाई भी कम कर रही है इदा के बच्चे ठीक हो रहे हैं अरदास करो इस बच्चे का अपनी जिम्मेवारी सारी गल भी दस रहा बोल भी रहा अच्छा 156 नंबर टोकन डिग पै गए 156 नंबर ऐदा ही हांजी भैन सत श्रीकाल तुम कि लैके आए जी परमात्मा ਗਲਤੀਆਂ ਤੋਂ ਇੱਦਾਂ ਦੀ ਸੇਵਾ ਲੈ ਰਿਹਾ ਗੁਰਪ੍ਰੀਤ ਵੀਰ ਨੂੰ ਜਦੋਂ ਪਹਿਲੀ ਵਾਰੀ ਪਿਆਰੀ ਮਾਂ ਲੈ ਕੇ ਆਈ ਸੀ ਇਹਦੀ ਅੱਖਾਂ ਚੋਂ चंगा जीवन बतीत करते साडा कलजुगियां दा शरीर आ जिहड़ा परमात्मा ने लेखे लाया ਮਾਤਾ ਕਦੇ ਵਜੋਗੇ ਬਾਦ
संदेश रानी कौन आ रोई जाती है जी ये कौन है बेबे कौन है कौन है भेने बस पुत देख ला तेरे मोरे अज ती मार्च ती मार्च 2021 अज दा दिन ते अज दी वीडियो याद रखियो संदेश रानी भेन नु जरूर याद रखियो अगलिया कुछ महीनों के वीडियो देखोगे तो पता लग संदेश रानी भेन के ਕਿੰਨਾ ਫਰਕ ਪਿਆ ਇਸ ਸਿਹਤ 'ਚ ਕਿਹਦੇ ਦਿਮਾਗੀ ਸੰਤੁਲਨ 'ਚ ਇਹ ਸਮਾਨ ਦੇ ਹੰਝੂਆਂ ਦੇ ਵਿੱਚ ਪਰਮਾਤਮਾ ਕਿਰਪਾ ਕਰੇ ਵਾਸਤੇ ਦਵਾਈ ਲਈ ਜਾਣ ਜਿਹੜੇ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਜਿਵੇਂ ਅੱਜ ਵੀ 48 ਮਰੀਜ਼ ਨਵੇਂ ਆਏ ਨੇ ਕੱਲ ਵੀ ਅੱਜ ਜਿਵੇਂ ਅੱਜ 48 ਮਰੀਜ਼ ਆਏ ਨੇ ਨਵੇਂ ਉਹਨਾਂ ਦੇ ਵਿੱਚੋਂ 20-25 ਮਰੀਜ਼ ਆ ਜਿਹੜੇ ਉਹ ਅਗਲੀ ਵਾਰੀ ਆਉਣੇ ਨੇ ਕਿਉਂਕਿ ਉਹ ਸਿਰਫ ਇੱਕ ਵਾਰੀ ਆਉਂਦੇ ਨੇ ਦਿਖਾਇਆ ਦਵਾਈ ਲਈ ਰਿਸ਼ਤੇਦਾਰਾਂ ਦੇ ਮਗਰ ਲੱਗ ਕੇ ਜਾਂ ਮਜਬੂਰੀ ਬਸ ਆਏ ਦਵਾਈ ਲੈ ਕੇ ਚਲੇ ਗਏ ਦਵਾਈ ਦੇਖਿਆ ਮਰੀਜ਼ ਨੂੰ ਨੀਂਦ ਵੱਧ ਆ ਗਈ ਜੀ ਤਾਂ ਨਸ਼ੇ ਵਾਲੀ ਦਵਾਈ ਲੱਗਦੀ ਆ ਜਾਂ ਕਿਸੇ ਨੇ ਟੋਕਤਾ ਵੀ ਲਾਣਾ ਉੱਥੇ ਨਾ ਜਾਈ ਆਪਾਂ ਇੱਕ ਹੋਰ ਡਾਕਟਰ ਹੈਗਾ ਉੱਥੇ ਚੱਲਾਂਗੇ ਜਾਂ ਕਿਸੇ ਨੇ ਕਹਿ ਦਿੱਤਾ ਨਹੀਂ ਬਾਬਾ ਆਇਆ ਉੱਥੇ ਇੱਕ ਨਵਾਂ ਵੱਡੀਆਂ ਜਟਾਵਾਂ ਵਾਲਾ ਆਪਾਂ ਉੱਥੇ ਚੱਲਣਾ ਆਪਾਂ ਉਸ ਬਾਬੇ ਨੇ ਜਾਣਾ ਚੌਂਕੀ ਭਰਨੀ ਆ ਨਹੀਂ ਮੈਂ ਤੁਹਾਡੀ ਨੀ ਮੈਂ ਤੁਹਾਡੀ ਨੀ ਗੱਲ ਕਰਦਾ ਵੀ ਲੋਕ ਕਈ ਵਾਰ ਅਸੀਂ ਕਿਸੇ ਗੱਲ ਤੋਂ ਬੜਾ ਦੁਖੀ ਹੋ ਜਾਂਦੇ ਹਾਂ ਵੀ ਬੰਦਾ ਠੀਕ ਹੋ ਸਕਦਾ ਹੁੰਦਾ ਵੀ ਉਹ ਅਗਲੀ ਵਾਰ ਆਉਂਦੇ ਨੀ ਅਫਸੋਸ ਹੁੰਦਾ ਵੀ ਜੀ ਉਹ ਭੈਣ ਜਾਂ ਉਹ ਵੀਰ ਆ ਜਾਂਦਾ ਦੂਜੀ ਵਾਰੀ 2-4 ਮਹੀਨੇ ਜੀ ਉਹਨੇ ਠੀਕ ਹੋ ਜਾਣਾ ਸੀ ਅਸੀਂ ਅਪਰੋਚ ਵੀ ਕਰੀਦੇ ਫਿਰ ਫੋਨ ਕਰੀਏ ਸਾਡੇ ਕੋਲ ਡਾਟਾ ਹੁੰਦਾ ਸਾਰਿਆਂ ਦਾ ਪਰ ਬਹੁਤ ਘੱਟ ਲੋਕ ਨੇ ਜਿਹੜੇ ਸਾਡੇ ਆਖੇ ਲੱਗ ਕੇ ਦੁਬਾਰਾ ਆਉਂਦੇ ਪਰ ਅਸੀਂ ਉਮੀਦ ਕਰਦੇ ਹਾਂ ਤੇ ਮਾਂ ਨੂੰ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੇ ਨੇ ਧੀ ਨੂੰ ਆਪਣੀ ਨੂੰ ਇਹ ਇੱਥੇ ਸਾਡੇ ਕੋਲ ਲਿਆਉਣ ਦਵਾਈ ਲੈਣ ਕਿ ਭੈਣ ਦੇਸ਼ ਬਿਲਕੁਲ ਠੀਕ ਹੋ ਸਕਦੀ ਆ ਕਿਉਂਕਿ ਕੋਈ ਜਨਮ ਜਾਤ ਬਿਮਾਰੀ ਨਹੀਂ ਭੈਣ ਦੀ ਤੇ ਇਹ ਭੈਣ ਨੂੰ ਡਿਪਰੈਸ਼ਨ ਆ ਕੁਛ ਪਰਿਵਾਰ ਵੱਲੋਂ ਉਸ ਤਰ੍ਹਾਂ ਦੀ ਸਪੋਰਟ ਨਹੀਂ ਹੋ ਪਾਈ ਜਿਹੜੀ ਇਹਨੂੰ ਹੋਣੀ ਚਾਹੀਦੀ ਸੀ ਤੇ ਪਰਮਾਤਮਾ ਅੱਗੇ ਤੁਸੀਂ ਵੀ ਸਾਰੇ ਅਰਦਾਸ ਕਰਿਓ ਸੰਦੇਸ਼ ਭੈਣ ਦੀ ਧੰਨ ਬਾਪੂ ਕਿਵੇਂ ਤੇਰਾ ਪੁੱਤ ਹੈ ਠੀਕ ਆ ਜਦੋਂ ਮੈਂ ਕਿਹਾ ਸੀ ਨਾ
ਬਾਪੂ ਦੇ ਆਖੇ ਲੱਗਦਾ ਹੁਣ ਕਿਵੇਂ ਲੱਗਦਾ ਹੁਣ ਤੈਨੂੰ ਪਹਿਲਾਂ ਨਾਲ ਬਾਪੂ ਕਿੰਨੇ ਟਾਈਮ ਗੁਜਰਾਂ ਨੇ ਇਹਨੂੰ ਗੁਲਾਮ ਬਣਾ ਕੇ ਰੱਖਿਆ ਸੀ ਵੀਰ ਨੂੰ ਇਹ ਤੋਂ ਕੁੱਟ ਕੁੱਟ ਕੇ ਕੰਮ ਕਰਾਉਂਦੇ ਸੀ 11 ਸਾਲਾਂ ਬਾਅਦ ਇਹ ਬਾਪ ਨੂੰ ਇਹਦਾ ਪੁੱਤ ਮਿਲਿਆ ਸੀ ਇਹਦੇ ਸਿਰ ਚ ਕਿੰਨੇ ਟੱਕ ਲੱਗੇ ਹੋਏ ਆ ਜਿੱਥੇ ਲੋੜ ਲੱਗਦਾ ਸੀ ਉੱਥੇ ਡਾਂਗ ਮਾਰਦੇ ਸੀ ਸਿਰ ਚ ਇਹਦੇ ਗੋਹੇ ਨਾਲ ਹੱਥ ਪੈਰ ਜਿਹੜੇ ਏਡਾ ਲਿਬੜੇ ਪਏ ਸੀ ਜਦੋਂ ਸਾਨੂੰ ਮਿਲਿਆ ਸੀ ਪਰਮਾਤਮਾ ਦੇਖੋ ਇਹਨੂੰ ਲੱਭਣ ਸੀ ਗਏ ਕਿਤੇ ਹੋਰ ਬੰਦੇ ਨੂੰ ਲੱਭਣ ਗਏ ਸੀ ਉੱਥੇ ਵੀਰ ਤੇ ਉੱਥੇ ਇਹ ਵੀ ਅੰਦਰ ਬੈਠਾ ਸੀ ਇਹਨੂੰ ਲੱਭਣ ਗਏ ਦੂਜਾ ਹੋਰ ਮਿਲਿਆ ਸਾਨੂੰ ਉਹ ਦਵਾਈ ਦੇ ਲੈਣ ਆਉਂਦਾ ਉਹ ਕਿਤੇ ਤੁਸੀਂ ਵੀਰ ਉੱਥੇ ਇੱਕ ਹੋਰ ਨੌਜਵਾਨ ਅੰਦਰ ਤਾੜਿਆ ਹੋਇਆ ਸੀ ਉਹਨਾਂ ਨੇ ਉਹ ਵੀ ਪੰਜਾਬੀ ਬੋਲਦਾ ਸੀ ਬਾਪੂ ਦਾ ਪੁੱਤ ਜਦੋਂ ਬਾਪੂ ਨੂੰ ਮਿਲਿਆ ਬਾਪੂ ਇਹਨੇ ਤੈਨੂੰ ਵੀ ਨੀ ਪਛਾਣਿਆ ਸੀ ਨਾ ਤੇਰਾ ਨਾਂ ਕੀ ਹੈ ਬੋਲਿਆ ਨੀ ਮੈਂ ਫੇਰ ਹਾਂ ਕਮਾਰੀ ਮੈਂ ਕਿਹਾ ਮੈਂ ਤੈਨੂੰ ਨਾਂ ਪੁੱਛਦਾ ਇਹ ਕਹਿੰਦਾ ਮੇਰਾ ਨਾਂ ਪਿੰਡਾ ਜਦੋਂ ਇਹਨੇ ਪਿੰਡਾ ਕਿਹਾ ਮੈਂ ਕਿਹਾ ਬਾਹਰ ਆ ਜਾ ਉੱਥੋਂ ਬਾਲਟੀ ਰੱਖ ਕੇ ਫਿਰ ਉਹ ਹਾਥੋਂ ਦੇ ਕੋਲ ਚਲਿਆ ਗਿਆ ਕਹਿੰਦਾ ਘਰਦਿਆਂ ਨੂੰ ਤਾਂ ਪੁੱਛ ਲਾ ਫਿਰ ਅਸੀਂ ਕੰਧਾਂ ਨੂੰ ਨਿਸ਼ਾਨਾ ਮਾਰ ਕੇ ਕਾਬੂ ਕਰਿਆ ਫਿਰ ਲੈ ਕੇ ਆਇਆ ਫਿਰ ਉਹ ਮੁੰਡਾ ਜਿਹੜਾ ਦੂਜਾ ਸੀ ਉਹ ਟਰਾਲੀ ਬਰਦੀਮ ਦੀ ਲਾਉਂਦਾ ਸੀ ਫਿਰ ਇੱਕ ਬੰਦੇ ਨੇ ਸਾਡੇ ਮੈਂਬਰ ਪੰਚਾਇਤ ਨੇ ਉਹ ਦੇਖਿਆ ਵੀ ਉਹ ਬੰਦਾ ਪੰਜਾਬੀ ਆ ਫਿਰ ਉਹਨੂੰ ਭੱਜ ਕੇ ਜਾ ਕੇ ਫੜਿਆ ਵੀ ਤੂੰ ਆਏ ਨਾਲ ਕਿਉਂ ਨਾ ਉਹ ਕਹਿੰਦਾ ਵੀ ਮੈਂ ਜਾਣਾ ਚਾਹੁੰਦਾ ਵੀ ਮੈਨੂੰ ਉਹ 4 ਸਾਲ ਹੋ ਗਏ ਜਦੋਂ ਉਹਦੀ ਅਸੀਂ ਡਿਟੇਲ ਪੁੱਛੀ ਉਹਨੂੰ 9 ਸਾਲ ਹੋ ਗਏ ਸੀ ਇੱਕ ਬਾਪੂ ਦੇ ਪੁੱਤ ਨੂੰ 11 ਸਾਲ ਹੋ ਗਏ ਸੀ ਇੱਕ ਹੋਰ ਮੁੰਡਾ ਮਿਲਿਆ ਉੱਥੋਂ ਉਹਨੂੰ 9 ਸਾਲ ਹੋ ਗਏ ਦੇਖੋ ਗੁੱਜਰਾਂ ਨੂੰ ਅਸੀਂ ਬਦਨਾਮ ਨਹੀਂ ਕਰਦੇ ਕਈ ਵੀਰ ਸਾਨੂੰ ਫੋਨ ਕਰਦੇ ਵੀ ਸਾਰੇ ਗੁੱਜਰ ਮਾੜੇ ਨਹੀਂ ਪਰ ਬਹੁਤ ਗਿਣਤੀ ਦੇ ਵਿੱਚ ਜ਼ਿਆਦਾ ਗੁੱਜਰਾਂ ਦੇ ਨਾਲੇ ਕਈ ਵੀਰ ਸਾਨੂੰ ਵੀਰ ਫੋਨ ਕਰਦੇ ਨੇ ਇੱਕ ਮੁਸਲਮਾਨ ਗੁੱਜਰ ਹੈ ਇੱਕ ਹਿੰਦੂ ਗੁੱਜਰ ਅਸੀਂ ਇਸ ਧਰਮ ਦੇ ਰੋਲੇ 'ਚ ਵੀ ਨਹੀਂ ਪੈਂਦੇ ਵੀ ਮੁਸਲਮਾਨ ਮਾੜੇ ਆ ਜਾਂ ਹਿੰਦੂ ਮਾੜੇ ਨੇ ਪਰ ਮਸਲਾ ਇਹ ਆ ਵੀ ਹਰ ਪਾਸੇ ਅਸੀਂ ਮਾੜੇ ਲੋਕਾਂ ਦੇ ਵਿੱਚ ਰਹਿੰਦੇ ਹਾਂ ਪਰ ਕਿੰਨੀ ਦੁੱਖ ਦੀ ਗੱਲ ਆ ਵੀ ਗੁੱਜਰ ਸਦਾਏ ਪਤਾ ਨਹੀਂ ਉਹ ਕਿੱਥੋਂ ਆ ਕੇ ਇੱਥੇ ਰਹਿਣ ਲੱਗੇ ਨੇ ਪੰਜਾਬ ਤੇ ਪੰਜਾਬੀਆਂ ਨੂੰ ਗੁਲਾਮ ਬਣਾ ਬਣਾ ਕੇ ਰੱਖ ਰਹੇ ਨੇ ਤੇ ਕੁੱਟ ਕੁੱਟ ਕੰਮ ਕਰਾ ਰਹੇ ਫਿਰ ਜਿਹੜੀ ਦੂਜੀ ਬੇਨਤੀ ਸੀ ਜਦੋਂ ਅਸੀਂ ਇਕੱਠੇ ਹੋ ਕੇ ਫੜ ਲਿਆ ਇਹਦੀ ਵੀਡੀਓ ਬਣਾਉਣ ਲੱਗੇ ਉਸੇ ਟਾਈਮ ਇੱਕ ਬੁੜੀ ਆਈ ਬੁੜੀ ਕਹਿੰਦੀ ਮੇਰਾ ਪੋਤਾ ਕਹਿੰਦੀ ਇੱਕਾ ਪਿਓ ਬਣ ਗਿਆ ਇੱਕਾ ਕਹਿੰਦੀ ਚਾਚੇ ਲੈ ਬਣ ਜਾਂਦੇ ਨੇ ਕਲਾਸ ਮਿਲ ਬਣ ਜਾਂਦੇ ਨੇ ਉਹਨੇ ਬੜਾ ਪਿੱਟ ਬਟੂਆ ਕਰਿਆ ਸਾਨੂੰ ਮੇਰਾ ਹੋ ਗਿਆ ਫਿਰ ਅਸੀਂ ਆ ਕੇ ਪੁਲਿਸ ਨੂੰ ਪਹਿਲੀ ਕਾਸ ਕਰਕੇ ਥਾਂ ਲੈ ਕੇ ਆਉਣ ਨਹੀਂ ਸੀ ਦਿੰਦਾ ਜੀ ਕਹਿੰਦੇ ਸਾਡਾ ਪੋਤਾ ਹੈ ਉਹਨਾਂ ਨੇ ਪੋਤਾ ਵੀ ਬਣਾ ਲਿਆ ਸੀ ਪੁੱਤ ਵੀ ਬਣਾ ਲਿਆ ਸੀ ਆਧਾਰ ਕਾਰਡ ਬਣਾ ਲੈਂਦੇ ਆ ਵੋਟਾਂ ਵੀ ਬਣਾ ਲੈਂਦੇ ਆ ਅਸੀਂ ਇਹਦੇ ਵਿੱਚ ਅਸੀਂ ਖਾਸ ਕਰਕੇ ਸਾਡੇ ਪਿੰਡਾਂ ਦੇ ਸਰਪੰਚਾਂ ਨੂੰ ਜ਼ਿੰਮੇਵਾਰ ਕਹਿੰਦੇ ਆ ਅਸੀਂ ਉਹਨਾਂ ਨੂੰ ਕਹਿੰਦੇ ਆ ਜਿਹੜੇ ਵੋਟਾਂ ਦੀ ਖਾਤਰ ਸਿਰਫ ਵੋਟਾਂ ਦੀ ਖਾਤਰ ਆਪਣੇ ਇੱਦਾਂ ਦੇ ਬੱਚਿਆਂ ਨੂੰ ਆਪਣੀ ਅੱਖਾਂ ਦੇ ਸਾਹਮਣੇ ਉਹਨਾਂ ਨੂੰ ਛਿੱਤਰ ਖਾਂਦਿਆਂ ਨੂੰ ਉਹਨਾਂ ਨੂੰ ਕੁੱਟ ਖਾਂਦਿਆਂ ਨੂੰ ਉਹਨਾਂ ਨੂੰ ਨਰਕ ਵਰਗਾ ਜੀਵਨ ਕੱਟਦਿਆਂ ਨੂੰ ਦੇਖਦੇ ਰਹਿੰਦੇ ਨੇ ਕਿਉਂਕਿ ਗੁੱਜਰਾਂ ਦੀਆਂ 5-7-10-20 ਵੋਟਾਂ ਹੁੰਦੀਆਂ ਉਹਨਾਂ ਦੇ 10-15 ਬੱਚੇ ਹੁੰਦੇ ਨੇ ਉਹ ਵੋਟਾਂ ਦੇ ਚੱਕਰ 'ਚ ਸਰਪੰਚ ਆਪਦੇ ਪਿੰਡ 'ਚ ਉਹਨਾਂ ਨੂੰ ਜਗ੍ਹਾ ਦਿੰਦਾ ਬਹਿਣ ਨੂੰ ਫਿਰ ਉਹਨੂੰ ਉੱਥੇ ਵੋਟ ਬਣਾ ਲੈਂਦਾ ਫਿਰ ਉਹਨੂੰ ਐਂ ਹੁੰਦਾ ਵੀ ਇਹ ਮੇਰੀ ਪੱਕੀ ਵੋਟ ਬਣ ਗਈ ਹੁਣ 20-25 ਵੋਟਾਂ ਮੇਰੀਆਂ ਪੱਕੀਆਂ ਹੋ ਗਈਆਂ ਇੱਦਾਂ ਹੀ ਸਾਡੀਆਂ ਸਰਕਾਰਾਂ ਕਰਦੀਆਂ ਜਿੰਨਾ ਗੁੱਜਰ ਭਾਈਚਾਰਾ ਪੰਜਾਬ 'ਚ ਰਹਿੰਦਾ ਉਹਨਾਂ ਦੀ ਇੱਕ ਆਪਣੀ ਇੱਕ ਟ੍ਰੇਡ ਯੂਨੀਅਨ ਬਣੀ ਆ ਜਾ ਕੇ ਉਹਨਾਂ ਦੀ ਕਮੇਟੀ ਬਣੀ ਆ ਉਹ ਸਾਰੀ ਕਮੇਟੀ ਫੈਸਲਾ ਕਰਦੀ ਆ ਵੀ ਆਪਾਂ ਇਸ ਵਾਰ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਆ ਉਹਨਾਂ ਦੀ ਪੰਜਾਬ 'ਚ ਵੋਟ ਮੰਨ ਲਓ 1 ਲੱਖ ਵੋਟ ਆ ਜਾਂ 2 ਲੱਖ ਵੋਟ ਆ ਜਾਂ 5 ਲੱਖ ਵੋਟ ਆ ਉਹ ਇੱਕੋ ਥਾਂ ਤੇ ਪੈਂਦੀ ਆ ਤੇ ਜਿਹੜੀ ਪਾਰਟੀ ਨੂੰ ਪੈਂਦੀ ਆ ਫਿਰ ਉਹ ਪਾਰਟੀ 5 ਸਾਲ ਉਹਨਾਂ ਦੀ ਪੂਰੀ ਰੱਖਿਆ ਕਰਦੀ ਆ ਅਸੀਂ ਪਿੰਡੋਂ ਸਾਡੇ ਗੁੱਜਰ ਫੜੇ ਉਹਨਾਂ ਨੇ 2 ਬੰਦੇ ਗੁਲਾਮ ਬਣਾ ਕੇ ਰੱਖੇ ਸੀ ਅਸੀਂ ਛਡਾਏ ਉਹਨਾਂ ਨੂੰ ਕੁੱਟਦੇ ਸੀ ਮਾਰਦੇ ਸੀ ਸਾਡੇ ਪਿੰਡ ਜਾ ਕੇ ਸਾਨੂੰ ਐ ਸੀ ਵੀ ਸਾਡੇ ਪਿੰਡ
ਸਾਡੇ ਘਰ ਪਿੰਡ ਥੋੜੀ ਏਦਾਂ ਦਾ ਕੰਮ ਕਰਨਗੇ ਛਡਾਉਂਦੇ ਫਿਰਦੇ ਬਾਹਰੋਂ ਲੋਕਾਂ ਨੂੰ ਪਰ ਜਦੋਂ ਇੱਕ ਦਿਨ ਚੈੱਕ ਕੀਤਾ ਤੇ ਉੱਥੋਂ ਵੀ ਦੋ ਨਿਕਲੇ ਅਸੀਂ ਪੁਲਿਸ ਸੱਦ ਲਈ ਫੜਾਤਾ ਅਸੀਂ ਉਹਨਾਂ ਨੂੰ ਫੜਾ ਕੇ ਘਰੇ ਆਏ ਉਸ ਤੋਂ ਪਹਿਲਾਂ ਗੁੱਜਰ ਵੀ ਘਰੇ ਆ ਗਏ ਪੁਲਿਸ ਨੇ ਛੱਡ ਤੇ ਤੇ ਅਸੀਂ ਪੁਲਿਸ ਨਾਲ ਗੱਲ ਕੀਤੀ ਉਹ ਕਹਿੰਦੇ ਕੀ ਕਰੀਏ ਇਹ ਕੌਣ ਆ ਬੰਦੇ ਤੁਹਾਨੂੰ ਕੀ ਪਤਾ ਮੈਂ ਕਿਹਾ ਜੀ ਅਸੀਂ ਗਵਾਹੀ ਦਿੰਦੇ ਹਾਂ ਕਿਡਨੈਪ ਕੀਤਾ ਅਸਲ ਵਿੱਚ ਕਿਡਨੈਪਿੰਗ ਦਾ ਪਰਚਾ ਹੋਣਾ ਚਾਹੀਦਾ ਉਹਨਾਂ ਦੇ ਜਦੋਂ ਬਾਪੂ ਦਾ ਪੁੱਤ ਗੁੰਮਿਆ ਘਰੋਂ ਕਿੱਥੇ ਗਿਆ ਸੀ ਲੁਧਿਆਣੇ ਦੇ ਵਿੱਚ ਅਸੀਂ ਬੇਗੋਵਾਲ ਰਹਿੰਦੇ ਸੀ ਬੇਗੋਵਾਲ ਦੇ ਵਿੱਚੋਂ ਮੈਂ ਜਦੋਂ ਇਹ ਜਨਾਬ ਆਪਣੇ ਗਿਆ ਉੱਥੇ ਘੁਮਈਆਂ ਦਾ ਮੇਲਾ ਲੱਗਦਾ ਜੀ ਆਪਣੇ ਨਹਿਰ ਤੇ ਅਸੀਂ ਕਿਹਾ ਵੀ ਉਹ ਦੇਖਦਾ ਉਹ ਆਏ ਨਾ ਜਦੋਂ ਫਿਰ ਅਸੀਂ ਉਦੋਂ ਬਾਅਦ ਦੇ ਵਿੱਚ ਜੀ ਪੜਤਾਲ ਕਰਦੇ ਰਹੇ ਪੜਤਾਲ ਸਾਨੂੰ ਕੋਈ ਪਤਾ ਨਹੀਂ ਲੱਗਿਆ ਫਿਰ ਜੇ ਕਿਤੇ ਲਾਤ ਪਈ ਹੋਣੀ ਕੋਈ ਵੀ ਲਾਭਾਂ ਚ ਪਈ ਆ ਜਾਂ ਡੀਐਮਸੀ ਵਿੱਚ ਬੰਦੇ ਪਏ ਹੁਣ ਮੈਂ ਦੇਖ ਕੇ ਆਉਣਾ ਤਿੰਨ ਮਹੀਨੇ ਮੈਂ ਪੂਰੇ ਜਾਣੇ ਜ਼ੋਰ ਜ਼ੋਰ ਨਾਲ ਕਮਾਇਆ ਤੂੰ ਮਗਰੋਂ ਮੇਰਾ ਵੀ ਆਪਣਾ ਸਰੀਰ ਜਾਣੇ ਮਿੰਟ ਹੋਣ ਲੱਗਿਆ ਫਿਰ ਮੈਨੂੰ ਬੰਦੇ ਕਹਿੰਦੇ ਵੀ ਤੂੰ ਆਇਆ ਕਰ ਤੂੰ ਆਪਣਾ ਕੰਮ ਕਰ ਜੇ ਆਉਣਾ ਹੋਇਆ ਕਰਮਾਂ ਚੋਂ ਆ ਜਾਓ ਨਹੀਂ ਚੁੱਪ ਕਰਕੇ ਆਪਣਾ ਮੈਂ ਫਿਰ ਉੱਥੋਂ ਦੇਖ ਕੇ ਟੁੱਟੇ ਹੋਣ ਆਪਣੇ ਮਕਾਨ ਨੂੰ ਜੜ ਪੌੜੀ ਪਿੰਡ ਤੇ ਨਾ ਲੱਗਿਆ ਇਹ ਕਿ ਬਾਪੂ ਦੀ ਜੜਾਂ ਵੀ ਪੱਟੀਆਂ ਗਈਆਂ ਸੀ ਕਿਉਂਕਿ ਪੁੱਤ ਜਿਹਦਾ ਪੁੱਤ ਨਹੀਂ ਲੱਭਦਾ ਜਵਾਨ ਪੁੱਤ ਪਾਲਿਆ ਹੋਇਆ ਉਹਦੇ ਪਿਓ ਤੇ ਕੀ ਬੀਤੀ ਉਹ ਤੇ ਲਾਸ਼ਾਂ ਲੱਭਦਾ ਫਿਰਦਾ ਨਾਲਿਆਂ 'ਚ ਨਹਿਰਾਂ 'ਚ ਮੋਰਚਰੀਆਂ 'ਚ ਦੇਖਦਾ ਫਿਰਦਾ ਲੋਕਾਂ ਦੇ ਮੂੰਹ ਤੋਂ ਕੱਫਣ ਚੱਕ ਕੇ ਮੇਰਾ ਪੁੱਤ ਤਾਂ ਨਹੀਂ ਪਿਆ ਕਿ ਆਪਾਂ ਕਿੱਦਾਂ ਕਿੱਦਾਂ ਦੇ ਸਮਾਜ 'ਚ ਰਹਿੰਦੇ ਹਾਂ ਪਰ ਸਾਡਾ ਸਮਾਜ ਸਾਡਾ ਸਿਸਟਮ ਘਟਿਆ ਇੰਨਾ ਉਹ ਦੇਖ ਰਿਹਾ ਕੋਈ ਮਦਦ ਨਹੀਂ ਕਰ ਰਿਹਾ ਜਦੋਂ ਛੁਡਾ ਕੇ ਲਿਆਂਦੇ ਉਹਨਾਂ ਦੇ ਬਾਪੂ ਪਰਚਾ ਕਰਾਇਆ ਸੀ ਕੋਈ ਉਹਨਾਂ ਦੀ ਸਜ਼ਾ ਹੋ ਗਈ ਉਹਨਾਂ ਨੂੰ रिपोर्ट कराई सारा कुछ कराया अजे तक सू कोई रिपोर्ट नहीं आई पुत कैम हो गया ठीक हो गया जिसे 11 साल लभ्या ने ओदा मुल कौन मोड़ो कोई रुपया लिया कोई रुपया 11 साल बापू का पुत ਅਰਗ ਵਰਗਾ ਜੀਵਨ ਕੱਟਦਾ ਰਿਹਾ ਗੋਹਾ ਹੀ ਬਹੁਤ ਲੱਗਿਆ ਮਲ ਮਲ ਕੇ ਲਾਇਆ ਜੀ ਦੇ ਹੱਥਾਂ ਪੈਰਾਂ ਚ ਨੌਹਾਂ ਦੇ ਵਿੱਚ ਗੋਹਾ ਫਸਿਆ ਹੋਇਆ ਅੰਦਰ ਕਹਿੰਦਾ ਬਾਈ ਉਹਨਾਂ ਨੇ ਲਵਾਇਆ ਸੀ ਮੈਨੂੰ ਕਹਿੰਦਾ ਕਿਤੇ ਤੇ ਹੋਰ ਤਾਂ ਨਵਾਵੇ ਫੇਰ ਲੱਗ ਗਿਆ ਸਰ ਬਾਪੂ ਮੈਂ ਕਿਹਨੂੰ ਚੜਦੇ ਪਰਮਾਤਮਾ ਦੀ ਮਿਹਰ ਦਾ ਤਾਰਾ ਵੀਰ ਸਾਡਾ ਬਿਲਕੁਲ ਠੀਕ ਆ ਤੰਦਰੁਸਤ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਠੀਕ ਹੋ ਬਾਈ ਜੀ ਬਾਈ ਜੀ ਮੋੜਾਂ ਤੋਂ ਆਉਂਦੇ ਨੇ ਬਠਿੰਡਾ ਜ਼ਿਲ੍ਹਾ ਮੋੜ ਮੰਡੀ ਤੋਂ ਕਿਵੇਂ ਬਾਈ ਕਿੰਨੇ ਸਾਲਾਂ ਬਾਅਦ ਠੀਕ ਹੋਏ ਹੋ ਭਰਾ ਵੀਰ ਸਾਡੇ ਠੀਕ ਹੋ ਰਹੇ ਨੇ ਸਾਨੂੰ ਇਹੀ ਵੱਡੀ ਗੱਲ ਆ ਸਾਡੇ ਲਈ ਹਾਂਜੀ ਬਾਈ ਕੀ ਹਾਲ ਨੇ ਬਾਈ ਠੀਕ ਹੋ ਮਾਤਾ ਕਿਵੇਂ ਹੁਣ ਮੂੰਹ ਤੇ ਰੁਮਾਲ ਲਾ ਲੈ ਮਾੜਾ ਜਿਹਾ ਮੀਰੇ ਤੋਂ ਹਾਲ ਨੇ ਠੀਕ ਹੈ ਠੀਕ ਆ ਕਿਵੇਂ ਭੈਣੇ ਨੇ ਮੇਰੇ ਕੰਮ ਕਰਦਾ ਭੈਣ ਨੇ ਆਰ ਪੁੱਤਰ ਨੇ ਕੰਮ ਕਰ ਜਾਣ ਦੋਨੋਂ ਹੀ ਭੈਣ ਭਰਾ ਸਾਡੇ ਕੋ ਆਏ ਸੀ ਵੀਰ ਦੇ ਸਿਰ ਤੇ ਜਟਾਵਾਂ ਦਾ ਗੁੱਛਾ ਬਣਿਆ ਸੀ ਕਿੰਨੇ ਟਾਈਮ ਤੋਂ ਨਹਾਤਾ ਨਹੀਂ ਸੀ ਕਿੰਨੇ ਲੰਬੇ ਨੌ ਰੱਖੇ ਹੋਏ ਸੀ ਤੇ ਮੈਂਟਲੀ ਅਫਸੈਟ ਸੀ ਮਾਂ ਰੋਣ ਲੱਗ ਗਈ ਸਾਡੇ ਕੋ ਆ ਕੇ ਵੀ ਮੇਰਾ ਪੁੱਤਰ ਤੇ ਮੇਰੀ ਧੀ ਦੋਨੇ ਹੀ ਦਵਾਕ ਹੋਈ ਉੱਥੇ ਨੀ ਠੀਕ ਹੋਈ
ਸਾਡੀ ਵੀਰ ਨੂੰ ਕੋਈ ਵਿਖਾਈ ਤਾਂ ਨਹੀਂ ਜੀ ਕਰਨੀ ਸਾਡੇ ਘਰੇ ਆਈ ਇਹ 15-15 ਦਿਨ ਰੋਟੀ ਨਹੀਂ ਸੀ ਖਾਂਦੀ ਤੇ 5 ਮਹੀਨੇ ਹੋ ਗਏ ਸੀ ਨਾਲ ਤੈਨੂੰ 7 ਮਹੀਨਾ ਲੱਗਾ ਲੱਗਾ ਤੇ ਤੁਸੀਂ ਆ ਗਏ ਨਵਾਂ पढ़िया लिखा थी ठीक है प्रॉब्लम लाइन की डिप्रेशन बहुत प्रॉब्लम बंदे अजकल दुनिया च फेस करते दिक्कत आदि रहा पर उन्होंने हल है उन्होंने इलाज है आप गलत पास ना जोड़िए आप दवाइया लीए इन्हों की भैन आज ली ये भी ठीक नहीं सी ये भी हम अगे ठीक है ये प्रॉब्लम ये जन्म तो ही ठीक हो जाएगा कोई ना मैं डॉक्टर ना की ना लवजीत मैं डॉक्टर सच्चे पातशाह इदां दे जिहड़े साडे बच्चे आ नौजवान आ वीर आ साडियां भैणां इंदर तुसीं बैठे देखदे हो हांजी भैण तुसीं राइट वर्ड पहली बार आए हो ठीक है की नाम दा सहजदीप कौर सहजदीप ठीक है हांजी भैण तुसीं की गल है राइट वर्ड पहली बार आए हो ਹਾਂਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਹਾਂਜੀ ਤੁਸੀਂ ਕਿੱਥੇ ਲੱਗੇ ਆਏ ਹੋ ਅੱਛਾ ਵੀਰ ਮਿਲਿਆ ਸੀ ਮੈਨੂੰ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਕਿਵੇਂ ਆ ਠੀਕ ਹੋ ਠੀਕ ਦਾ ਜੀ ਜੀ ਮਾਤਾ ਜੀ ਕਿੰਨੇ ਸਾਲਾਂ ਤੋਂ ਇੰਦਾ हरप्रीत कौर वास्ते अरदास करियो हरी के पत्तन तो ये जन्म मुख घट रहा ਬਾਪੂ ਜੀ ਕਿਨੋ
हाँ जी बापू सत श्रीकाल। हाँ जी सिखराज ठीक है दवाई है जी भैन बन के तुम देनी है टाइम टू टाइम दवाई नहीं यदि मिस होनी चाहिए कोई ना जी कोई ना जी गुस्सा चढ़न हट जूगा हट जाना ठीक हो जाएगा कोई ना घबरा हो जाऊगा ठीक कोई दिक्कत आवे सानू फोन करे ठीक है ਬਾਹਰ ਨਹੀਂ ਜਾਣ ਦੇ।
ਫਿਰ ਬਾਅਦ ਚੱਲ ਵੀ ਕਰ ਦਵਾਈ ਦਵਾਈ ਨਾ ਬੰਦ ਕਰੋ ਦਵਾਈ ਅਸੀਂ ਦੇਵਾਂਗੇ ਤੁਸੀਂ ਹਰ ਮਹੀਨੇ ਦਵਾਈ ਦੇ ਕੇ ਜਾਂਦੇ ਆ ਇਸ ਤਰ੍ਹਾਂ ਦੀ ਸਾਰੇ ਇਹ ਜਿਹੜੇ ਸਾਰੇ ਪਰਿਵਾਰ ਦੇ ਮੈਂਬਰ ਤੁਸੀਂ ਬੈਠੇ ਦੇਖਦੇ ਹੋ ਜੀ ਅਸੀਂ ਸਾਰਿਆਂ ਨੂੰ ਲੜਾਈਏ ਤੁਹਾਨੂੰ ਸਾਰਿਆਂ ਨਾਲ ਗੱਲ ਕਰਾਈਏ ਤਾਂ ਰਾਤ ਪੈ ਜਾਣੀ ਹੈ ਬਹੁਤ ਦੂਰੋਂ ਲੋਕ ਆਏ ਨੇ ਦਵਾਈਆਂ ਸਾਡੀਆਂ ਜਿਹੜੀਆਂ ਹੈਗੀਆਂ ਉਹ ਅਸੀਂ ਹੁਣ ਲਫਾਫਿਆਂ ਦੇ ਵਿੱਚ ਪਾ ਲਈਆਂ ਪੈਕ ਕਰ ਲਈਆਂ ਹੁਣ ਇਕੱਲੇ ਇਕੱਲੇ ਮੈਂਬਰ ਨੂੰ ਅਸੀਂ ਬੁਲਾ ਕੇ ਨੰਬਰ ਵਾਈਜ਼ ਜਿਵੇਂ ਟੋਕਨ ਨੰਬਰ ਬੋਲਾਂਗੇ ਅਸੀਂ ਸੱਤ ਨੰਬਰ ਟੋਕਨ ਆ ਜਿਵੇਂ ਕੁਲਵੰਤ ਕੌਰ ਦਵਾਈਆਂ ਪ੍ਰਸ਼ਾਦ ਆ ਇੱਕ ਸਾਡੇ ਲਈ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਪ੍ਰਸ਼ਾਦ ਆ ਕਿਉਂਕਿ ਦਵਾਈਆਂ ਬਹੁਤ ਘੱਟ ਗਿਣਤੀ ਦੇ ਵਿੱਚ ਅਸੀਂ ਮੁੱਲ ਲੈਂਦੇ ਹਾਂ ਜ਼ਿਆਦਾਤਰ ਗਿਣਤੀ ਦੇ ਵਿੱਚ ਲੋਕ ਸਾਨੂੰ ਦਵਾਈਆਂ ਦੇ ਕੇ ਜਾਂਦੇ ਨੇ ਜਿੱਥੋਂ ਅਸੀਂ ਦਵਾਈਆਂ ਚੱਕਦੇ ਹਾਂ ਮੈਡੀਕਲ ਤੋਂ ਉੱਥੇ ਸੰਗਤ ਵੀ ਆ ਕੇ ਇਹਨਾਂ ਦਵਾਈਆਂ ਦੇ ਬਿੱਲ ਦੇ ਕੇ ਜਾਂਦੇ ਆ ਮਤਲਬ ਇਹ ਦਵਾਈਆਂ ਸੰਗਤ ਵੱਲੋਂ ਸਾਨੂੰ ਦਿੱਤੀਆਂ ਜਾਂਦੀਆਂ ਅਸੀਂ ਇਹ ਦਵਾਈਆਂ ਪ੍ਰਸ਼ਾਦ ਦੇ ਰੂਪ ਦੇ ਵਿੱਚ ਸੰਗਤ ਨੂੰ ਅੱਗੇ ਦੇ ਦਿੰਦੇ ਹਾਂ ਇਹ ਦਵਾਈਆਂ ਜਿਹੜੀਆਂ ਜੇ ਆਪਾਂ ਆਪਦਾ ਨੂੰ ਜੋੜੀਏ ਇਸ ਗੱਲ ਨੂੰ ਤਾਂ ਉਹ ਵਾਹਿਗੁਰੂ ਦੀ ਕਿਰਪਾ ਉੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਦਵਾਈਆਂ ਪ੍ਰਸ਼ਾਦ ਦੇ ਰੂਪ ਜਦੋਂ ਇਹ ਛਕਦੇ ਨੇ ਲੋਕ ਇਹਨਾਂ ਨੂੰ ਫਰਕ ਪੈਂਦਾ ਨਹੀਂ ਤਾਂ ਇਹੀ ਦਵਾਈਆਂ ਆਪ ਹੀ ਹਸਪਤਾਲਾਂ ਚੋਂ ਇਹਨਾਂ ਨੂੰ ਲੈ ਕੇ ਖਾਂਦੇ ਰਹੇ ਨੇ ਨਹੀਂ ਫਰਕ ਪੈਂਦਾ ਪਰ ਫਰਕ ਜੇ ਪੈਂਦਾ ਤਾਂ ਇਹਨਾਂ ਲਫਾਫਿਆਂ ਚੋਂ ਨਿਕਲੀਆਂ ਦਵਾਈਆਂ ਦਾ ਜੇ ਆਪਾਂ ਅੱਜ ਧਰਮ ਦੀ ਆਸਥਾ ਦੀ ਗੱਲ ਕਰੀਏ ਉਹ ਵੀ ਸਾਡੇ ਪਰਿਵਾਰ ਦੇ ਨਾਲ ਸੱਚੇ ਪਾਤਸ਼ਾਹ ਦੀ ਬੜੀ ਵੱਡੀ ਕਿਰਪਾ ਜਿਹੜੀ ਉਹਨਾਂ ਦਾ ਸਾਡੇ ਸਿਰ ਤੇ ਹੱਥ ਆ ਜਿਹਦੇ ਕਰਕੇ ਲੋਕ ਠੀਕ ਹੋ ਰਹੇ ਨੇ ਨਹੀਂ ਸਾਡੇ ਦੇ ਵਿੱਚ ਕੋਈ ਤਾਕਤ ਨਹੀਂ ਸੀ ਵੀ ਅਸੀਂ ਇਹ ਕੈਂਪ ਲਾ ਸਕੀਏ ਇੰਨੇ ਲੋਕਾਂ ਨੂੰ ਦਵਾਈ ਦਵਾ ਸਕੀਏ ਅਸੀਂ ਆਪ ਇਹਨਾਂ ਦੇ ਪਰਿਵਾਰ ਨੂੰ ਬਿਲੋਂਗ ਕਰਦੇ ਹਾਂ ਵੀ ਜੇ ਅਸੀਂ ਖੁਦ ਬਿਮਾਰ ਹੋ ਜਾਈਏ ਆਪਣੇ ਆਪ ਨੂੰ ਵੀ ਦਵਾਈ ਨਹੀਂ ਲੈ ਸਕਦੇ ਪਰ ਇਹ ਪਰਮਾਤਮਾ ਕਰ ਰਿਹਾ ਸਾਡੇ ਸਰੀਰ ਵਰਤ ਰਿਹਾ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਉਹ ਕਲਗੀਆਂ ਵਾਲਾ ਤੇ ਇੱਦਾਂ ਦੀਆਂ ਮਾਵਾਂ ਇੱਦਾਂ ਦੇ ਵੀਰ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਲੈ ਕੇ ਆਉਂਦੇ ਨੇ ਜਿਹਨਾਂ ਦੀਆਂ ਦਵਾਈਆਂ ਸੱਚੇ ਪਾਤਸ਼ਾਹ ਸਾਡੇ ਕੋਲ ਭੇਜਦੇ ਨੇ ਤੇ ਅਸੀਂ ਇਹਨਾਂ ਨੂੰ ਵੰਡ ਦਿੰਦੇ ਹਾਂ ਹਾਂਜੀ ਵੀਰੇ ਕਿਵੇਂ ਆ ਰਜਿੰਦਰ ਸਿੰਘ ਤੂੰ ਜਮਾ ਠੀਕ ਹੋ ਜਾਣਾ ਪਰ ਦਵਾਈ ਖਾਂਦਾ ਰਹੀ ਜਿਹੜੀ ਅਸੀਂ ਦੇਵਾਂਗੇ ਇਹ ਦਵਾਈ ਨੀ ਪ੍ਰਸ਼ਾਦ ਆ ਰਜਿੰਦਰ ਵੀਰੇ ਇੱਕ ਗੱਲ ਦਾ ਵਾਅਦਾ
ਵੀ ਤੂੰ ਦੋ ਤਿੰਨ ਮਹੀਨੇ ਜਮਾਂ ਠੀਕ ਹੋਣਾ ਹਾਂ ਮੈਨੂੰ ਪਤਾ ਮੈਨੂੰ ਤੂੰ ਸਾਡੇ ਕੋਲ ਸੇਵਾ ਕਰਾ ਕੇ ਜਾਏਗਾ ਕਿ ਇੱਥੇ ਪੰਜ ਛੇ ਪੰਜ ਦਿਨ ਰਹਿ ਕੇ ਬਸ ਠੀਕ ਆ ਪਰ ਤੂੰ ਦਵਾਈ ਖਾਣੀ ਹੈ ਜਿਵੇਂ ਭੈਣ ਹੋਣੀ ਵੀਰ ਹੋਣੀ ਦੇਣਗੇ ਦਵਾਈ ਬੰਦ ਨਹੀਂ ਕਰਨੀ ਚਾਹੇ ਤੈਨੂੰ ਦਵਾਈ ਮਾੜੀ ਲੱਗੇ ਚੰਗੀ ਲੱਗੇ ਖਾਣੀ ਆ ਜੇ ਭੈਣੇ ਕੋਈ ਜ਼ਿਆਦਾ ਦਿੱਕਤ ਆ ਉਹ ਸਾਨੂੰ ਫੋਨ ਕਰਨੀ ਹੈ ਦਵਾਈ ਨਾ ਇਹਦੀ ਬੰਦ ਕਰਿਓ ਵੀਰ ਬਿਲਕੁਲ ਤੰਦਰੁਸਤ ਹੋ ਜੂ ਅਤੇ ਇਹ ਤੁਸੀਂ ਅਗਲੇ ਮਹੀਨੇ ਤੁਸੀਂ ਦੱਸੋਗੇ ਵੀ ਰਜਿੰਦਰ ਠੀਕ ਆ ਠੀਕ ਆ ਰਜਿੰਦਰ ਬਾਈ ਹਾਂ ਬੇਬੇ ਤਕੜੀਆਂ ਕਿਹੜੇ ਪਿੰਡੋਂ ਆਈ ਮੇਰੇ ਬੇਬੇ ਮੋਗੇ ਤੋਂ ਕੱਲਾਂ 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 ਥੱਲੇ ਗਿਆ ਮੈਂ ਕੋਈ ਗੱਲ ਨਹੀਂ ਠੀਕ ਹੋ ਜਾਣਾ ਪਹਿਲੀ ਵਾਰ ਆਇਓ परमात्मा मेहर करे कि मां भी ठीक होगी माता ठीक पहली बार आयो कुछ फर्क पिया तारा ठीक है भेने कोई ना हो जाऊगा ठीक हाँ जी भेने माता ठीक है बेटी थोड़ी ठीक है चलो नीचे पास ठीक है भीरे ठीक है भेने हाँ जी भाई ठीक हो सारे सारे ठीक है जी कोई किसी की शिकायत कोई गल करनी हो किसी ने हाँ भीरे तू ठीक है मम्मी ठीक है तेरी सत श्रीकाल ਇਹ ਵੀਰੇ ਦੇ ਅੱਗੇ ਵੀ ਕਈ ਵਾਰੀ ਅਸੀਂ ਦਿਖਾਇਆ ਇਹਦੀ ਮੰਮੀ ਵੀ ਠੀਕ ਨਹੀਂ ਸੀ ਇਹ ਆਪ ਵੀ ਠੀਕ ਨਹੀਂ ਸੀ ਇਹਨਾਂ ਦਾ ਇਕੱਲਾ ਇੱਕ ਭਰਾ ਜਿਹੜਾ ਉਹੀ ਕਮਾਉਂਦਾ ਸੀ ਉਹੀ ਇਹਨਾਂ ਨੂੰ ਕਮਾਉਂਦਾ ਸੀ ਅੱਜ ਦੋਨੇ ਹੀ ਮੰਮੀ ਵੀ ਇਹਦੀ ਠੀਕ ਹੈ ਤੂੰ ਵੀ ਠੀਕ ਆ ਕੰਮ ਤੇ ਜਾਂਦਾ ਹੁੰਦਾ ਅੱਜ ਵੀ ਜਾ ਕੇ ਇਹ ਹੈ ਜੀ ਪਰਮਾਤਮਾ ਦੀ ਕਿਰਪਾ ਹਾਂਜੀ ਤੁਸੀਂ ਦੇਖੋ ਕੀ ਕਹਿਣਾ ਚਾਹੁੰਦੇ ਅੱਛਾ ਜੀ ਸਰਦਾਰ ਸੂਰਜ ਸਿੰਘ ਲਾਲਵਾ ਜੀ ਸਾਡੇ ਕੋਲ ਸੰਸਥਾਪਕ ਸਾਹਿਬ ਪ੍ਰਧਾਨ ਫਾਊਂਡਰ ਪ੍ਰੈਜ਼ੀਡੈਂਟ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਹਾਰ ਤੋਂ ਸਾਡੇ ਕੋਲੇ ਪਹੁੰਚੇ ਨੇ ਸਰਦਾਰ ਸੂਰਜ ਸਿੰਘ ਨਲਵਾ ਜੀ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਇਹ ਸਾਡੇ ਜਿੱਥੇ ਕੈਂਪ ਦੇ ਵਿੱਚ ਅਚੇਚੇ ਤੌਰ ਤੇ ਪਹੁੰਚੇ ਆ ਤੇ ਸਾਡੀ ਉਮੀਦ ਨਹੀਂ ਸੀਗਾ ਵੀ ਇਹਨਾਂ ਨੇ ਆਉਣਾ ਅੱਜ ਸਾਨੂੰ ਤਾਂ ਪਤਾ ਨਹੀਂ ਸੀ ਪਰਮਾਤਮਾ ਨੇ ਜਿਹੜੀ ਆਪਾਂ ਗੱਲ ਕੈਂਪ ਦੀ ਕਰਦੇ ਸੀ ਵੀ ਸਾਰੇ ਸਾਡੇ ਪਰਿਵਾਰ ਦੇ ਮੈਂਬਰ ਬੱਚੇ ਭੈਣ ਭਰਾ ਵੀ ਸਾਡੇ ਬਜ਼ੁਰਗ ਸਾਰੇ ਠੀਕ ਹੋ ਰਹੇ ਨੇ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਨਾਲ ਸਾਨੂੰ ਬਸ ਤੁਹਾਡੇ ਤੋਂ ਇੱਕੋ ਹੀ ਬੇਨਤੀ ਅਰਦਾਸ ਆ ਵੀ ਤੁਸੀਂ ਇਹਨਾਂ ਵਾਸਤੇ ਅਰਦਾਸ ਕਰਿਓ ਪਤਾ ਨਹੀਂ ਕਿਹੜੇ ਜੀਵ ਦੇ ਵਿੱਚੋਂ ਨਿਕਲੀ ਉਹ ਦੁਆ ਅਰਦਾਸ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੁਛ ਚੰਗਾ ਲੈ ਕੇ ਆਵੇ ਤੇ ਧੰਨਵਾਦ ਕਰਦੇ ਹਾਂ ਬਹੁਤ ਜ਼ਿਆਦਾ ਧੰਨਵਾਦ ਜੀ ਵਿੱਚ ਖਾਲਸਾ ਪਿੰਡਾਂ ਦੇ ਵਿੱਚ ਪਹੁੰਚੇ ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਨੂੰ ਮੁੱਖ ਰੱਖਦੇ ਹੋਏ ਮਾਨੁਕਤਾ ਦੀ ਸੇਵਾ ਦੀ ਸਾਧ ਸੰਗਤ ਸਾਰੇ ਹੀ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਹੀਂ ਵੇਖਿਆ ਗੁਰੂ ਨਾਨਕ ਨੂੰ ਇਹ ਸਾਡੀ ਬਦਕਿਸਮਤੀ ਹੈ ਪਰ ਅਸੀਂ ਵੇਖਿਆ ਗੁਰੂ ਨਾਨਕ ਦੇ ਉਸ ਸਿੱਖ ਨੂੰ ਉਹ ਸੱਚੇ ਸਿੱਖ ਨੂੰ ਜੋ ਵੀਰ ਗੁਰਪ੍ਰੀਤ ਸਿੰਘ ਵਰਗੇ ਨੇ ਮੈਂ ਸਿਰ ਝੁਕਾਉਣਾ ਮੇਰਾ ਸਿਰ ਆਪ ਝੁਕਦਾ ਔਰ ਲੱਖ ਵਾਰ ਝੁਕਦਾ ਇਹਨਾਂ ਦੇ ਗੁਰੂ ਨਾਨਕ ਦੇ ਸਿੱਖ ਮੈਂ ਨਹੀਂ ਵੇਖਿਆ ਇਹ ਮੇਰੀ ਬਦਕਿਸਮਤੀ ਹੈ ਮੈਂ ਨਹੀਂ ਵੇਖਿਆ ਪਰ ਮੇਰੀ ਖੁਦਕਿਸਮਤੀ ਹੈ ਕਿ ਮੈਂ ਗੁਰੂ ਨਾਨਕ ਦੇ ਇਸ ਸਿੱਖ ਨੂੰ ਵੇਖਿਆ ਜੋ ਵੀਰ ਗੁਰਪ੍ਰੀਤ ਸਿੰਘ ਦੇ ਰੂਪ ਚ ਸਾਨੂੰ ਮਾਣ ਹੈ
अपने भरा से दास सिख गुरुद्वारा प्रबंधक कमेटी बिहार तो तखत श्री हरिमंदर जी पटना साहब की अगुवाई है जो प्रचार के दौर च निकला सी पहले दिन तो जब असि निकले दो महीने हो गए सानू भी पहला टारगेट सी जब पंजाब की धरती जावांगे ते वीर गुरप्रीत सिंह जी के दर्शन ते मानवता के संस्था की दर्शन जरूर करांगे। गुरु नानक साहब की विचारधारा कहनी की है यह सानू समझन की लोड़ है। अज एक शुरुआत की है वीर ने, मैं आप जी नू पिछले 5 साल तो वेख रहा पर मेरी बदकिस्मती है कि मेरी भी कुछ जवाबदारियां से इलाके च मैं आप जी तक लेट पहुंचा, फिजिकली लेट पहुंचा, मानसिक तौर पर मैं आप जी दे बिल्कुल नाल हाँ। सानू साडा फलसफा की सी, गुरु नानक ने चार उदासियां तुर के कहा कि गरीब का मुंह गुरु की गोलक। गुरु साहब ने गुरु साहब का जीवन पढ़ के देखिए, गुरु अर्जुन देव महाराज जी का जीवन पढ़ के देखिए, गुरु रामदास महाराज जी का जीवन पढ़ के देखिए, आप मरीजा भी अपने हथों सेवा की है गुरु साहब ने की है। असी उस गुरु दे वारिस है गया, असी उस गुरु साहब दे पुरने उत्ते तुरन की गल की है, यह गुरु की कृपा है। और अज सानू मान है मानवता की सेवा का जो तरीका है, मैं कहना हाँ सलाम है तुहाडी पूरी टीम नू, जो तुसी जो तुहाडा तरीका है ना, जो तुसी सिखा रहे हो सोशल मीडिया के राही, जो तुसी लोगों तक सुनिया, तुहानू नहीं पता कि तुहाडे नाल दुनिया के किन्ने लोग जुड़े ने, मेरे जे कई वीरले ने जो इत्थे तक आ नहीं पा रहे, साडे वास्ते मान की गल है। परमात्मा अगे असी चाहवांगे कि तखत श्री हरिमंदर जी पटना साहब वालों भी आप जी की पूरी टीम लिए अरदास होवे, उत्थे असि सिंह साहब अगे बेनती भी करांगे ते तुहानू होर भी जिहड़े साडे सिख पंथ दे संप्रदावां जो संस्थावां ने साडे तखत ने उन्हां के भी असि हाथ जोड़ के बेनती करांगे कि तुहाडे नाल मोढ़े दे नाल मोढ़ा ला के खड़े होण, क्योंकि यह सिक्खी की प्रेजेंटेशन है, यह सिक्खी की परिभाषा, सिक्खी की परिभाषा सीखी असि पढ़ नहीं सके, असि समझ नहीं सके। गुरु नानक साहब ने कहा है नाम जपो, यह कंपलसरी क्या है, तुसी जिस धर्म तो हो यही नहीं क्या यही जपो, तुसी जिस धर्म तो हो अगर तुसी इस्लाम तो बिलोंग करते हो तो सच्चे मुसलमान बनो, सनातन धर्म तो बिलोंग करते हो तो सच्चे सनातनी बनो हिंदू बनो, सच्चे इस अपने ईसाई धर्म तो बिलोंग करते हो तो सच्चे ईसाई बनो, और अगर सच्चे सिख हो तो सच्चे सिख बनो। गुरु नानक दे विचारा ऐ नहीं है, उन्होंने वर्णना नहीं सिखाया, असी समझ नहीं सके। सारी जिंदगी जरा गुरु नानक नाल रहा, उन्होंने नाल मरदाना रहा, वह मरदाना बन के रहा, उसकी जाति परिवर्तन नहीं हुई, उसके नाल गुरु नानक साहब काबा भी गए जिन्होंने असी मक्का के नाते जानते हैं, किसी जाति की गल नहीं सी, उसके बाद की क्या वंड छको, वंड छको का अर्थ असी समझ नहीं सके। सानू लग्या कि असी अगर साडे कोल एक रोटी है तो एक रोटी दूजे नू दे दी तो गल साडी जवाबदारी पूरी हो गई, बिल्कुल नहीं। वन छकन का मतलब वीर गुरप्रीत सिंह ने दस्या, इहनू वन छकना कहिंदे ने, अपनी जीवन दे समय विचों अपने नाल दे लोड़मंदा लई समय कढ़ना इहनू वन छकना कहिंदे ने, इह है वन छकन की परिभाषा। और मैं जिहड़ी अगे दी मेन गल है जो गुरु नानक ने कंपलसरी कही है कृत करो, क्योंकि असि गुरु नानक ने सिखे उन्होंने विचारधारा से पैरा देना, कृत करो का अर्थ है कि जो सिख जो गुरु नानक जो परमात्मा दे उस अकाल दे नाल जुड़िया है अगर ओदी कमाई दे विच 1% मिलावट है, अगर वो यह सोच रहा है कि मैं किसी का हक मार के मैं किसी के हक नू छीन के ए मानवता की सेवा से सेवा कर दांगा तो मेरा कीता है सफल हो जाएगा, बिल्कुल नहीं होएगा। गुरु नानक की विचारधारा बिल्कुल नहीं कहती, गुरु नानक की विचारधारा कहती है किरत कर, अपनी कमाई दे विच प्योर तुहाडे कमाई 100% शुद्ध होनी चाहिए, यह गुरु नानक की विचारधारा, असी पैरा नहीं दे सके। अज जो तुसी यह शुरुआत की है सिख गुरुद्वारा प्रबंधक कमेटी बिहार की पूरी टीम वालों,
मैं इस गल का भरोसा देके जाना और आप जी अगे बेनती नहीं करता इस तरह की संस्थावां हर स्टेट के अंदर लोड़ क्योंकि लोड़मंद परेशान दुखी रोगी हर स्टेट से मौजूद मैं आप जी अगे आप जी की पूरी टीम ने अरदास भी करा और आप जी अगे बेनती भी करांगा कि इस चीज नू होर असी बह के इन डिस्कस करांगे इनू होर अगे किवें लैके जा सकते जो गुरु नानक की फुलवारी की खुशबू ने बधाई है ना इनू होर अगे किवें फैलाई असी जरूर लैके साथ करांगे। मैं फिर तो मेरे नाल आए हैं मेरे वड्डे वीर और संस्था के एडवाइजर सरदार परमजीत सिंह जी और भाई साहब के छोटे बेटे वीर परमजीत सिंह जी फिर हरविंदर सिंह हैप्पी जी सारे ही आए ने नाल और सारी संस्था नाल पंजाब विंग देखते ने साडी बिहार विंग उत्थे हैगी है। मैं अतिथियां फिर तो वीर गुरप्रीत सिंह जी दा ते नाल दी पूरी टीम दा और तन मन धन दे नाल असी भी आप जी दे नाल मोढ़े दे नाल मोढ़ा ला के अज तो खड़े हाँ और आप जी जिहड़ी सेवावां आप जी दसोगे आप जी दे नाल असी करांगे। ਹੋਈਆਂ ਭੁਲਾ ਚੁੱਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ। ਅੱਜ ਖਾਲਸਾ ਜੀ ਵੱਲੋਂ ਵੱਲੋਂ ਮਾਣ ਸਤਿਕਾਰ ਦੇ ਵਿੱਚ ਸਾਡੇ ਲਫ਼ਜ਼ ਬੋਲੇ ਗਏ ਆ ਅਸੀਂ ਇਸ ਕਾਬਲ ਨਹੀਂ ਵੀ ਅਸੀਂ ਇੰਨੇ ਮਾਣ ਸਤਿਕਾਰ ਦੇ ਸਮਝਦੇ ਆਪਦੇ ਆਪ ਨੂੰ ਪਰ ਪਰਮਾਤਮਾ ਦੀ ਕਿਰਪਾ ਸਾਨੂੰ ਪਤਾ ਨਹੀਂ ਸੀ ਅੱਜ ਖਾਲਸਾ ਜੀ ਉਹਨਾਂ ਨੇ ਇੱਥੇ ਪਹੁੰਚਣਾ ਹੁਣੇ ਚੱਲਦੇ ਲਾਈਵ ਦੇ ਵਿੱਚ ਹੀ ਵੀਰ ਨੇ ਆ ਕੇ ਸਾਨੂੰ ਦੱਸਿਆ ਸੂਰਜ ਸਿੰਘ ਨਲਵਾ ਜੀ ਸਾਡੇ ਕੋਲ ਇੱਥੇ ਪਹੁੰਚ ਰਹੇ ਨੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਹਾਰ ਤੋਂ ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਆ ਅੱਜ ਗੁਰੂ ਘਰ ਦੇ ਪ੍ਰਬੰਧਕ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਸਥਾਨ ਦੇ ਪ੍ਰਬੰਧਕ ਵੀਰ ਸਾਡੇ ਅੱਜ ਇੱਥੇ ਪਹੁੰਚ ਕੇ ਸਾਨੂੰ ਐਪਰੀਸ਼ੀਏਟ ਕਰਦੇ ਨੇ ਮਾਣ ਦਿੰਦੇ ਨੇ ਅਸੀਂ ਭਾਗਾਂ ਵਾਲੇ ਸਮਝਦੇ ਹਾਂ ਆਪਦੇ ਆਪ ਨੂੰ ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹੀ ਹੈ ਜਿਹੜੀ ਪਰਮਾਤਮਾ ਨੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸੇਵਾ ਬਖਸ਼ੀ ਆ ਜਿਹੜਾ ਸਾਨੂੰ ਇਸ ਕਲਯੁਗੀ ਸਰੀਰ ਨੂੰ ਸੱਚੇ ਪਾਤਸ਼ਾਹ ਨੇ ਕਿਸੇ ਚੰਗੇ ਲੇਖੇ ਲਾਇਆ ਉਹਦੇ ਪਿੱਛੇ ਵੀਰ ਜੀ ਹੁਣੀ ਸਾਡੇ ਕੋਲ ਅੱਜ ਪਹੁੰਚੇ ਆ ਅਸੀਂ ਧੰਨਵਾਦ ਕਰਦੇ ਹਾਂ ਪੂਰੇ ਪਰਿਵਾਰ ਵੱਲੋਂ ਤੁਹਾਡਾ ਤੁਸੀਂ ਬਹੁਤ ਚੰਗੇ ਚੰਗੇ ਨੇਕ ਦਿਲ ਇਨਸਾਨ ਹੋ ਜਿਹੜੇ ਸਾਡੇ ਕੋਲ ਪਹੁੰਚੇ ਆ ਅੱਜ ਯਕੀਨ ਮੰਨਿਓ ਅੱਜ ਤੱਕ ਕੋਈ ਵੀ ਇਨਸਾਨ ਸਾਡੇ ਪੰਜਾਬ ਦੇ ਵਿੱਚੋਂ ਨਾ ਕੋਈ ਪੋਲੀਟੀਸ਼ੀਅਨ ਨਾ ਕੋਈ ਹੋਰ ਸਾਡੇ ਕੋਲ ਕਦੇ ਆਇਆ ਨਹੀਂ ਅਸੀਂ ਉਮੀਦ ਵੀ ਨਹੀਂ ਰੱਖਦੇ ਉਹਨਾਂ ਤੋਂ ਪਰ ਅਸੀਂ ਧਾਰਮਿਕ ਸ਼ਖਸੀਅਤਾਂ ਦੇ ਵਿੱਚੋਂ ਤੁਹਾਨੂੰ ਸਭ ਤੋਂ ਪਹਿਲਾਂ ਸਮਝਦੇ ਹਾਂ ਜਿਹੜਾ ਤੁਸੀਂ ਸਾਡੇ ਕੋਲ ਅੱਜ ਪਹੁੰਚ ਕੇ ਸਾਨੂੰ ਸਨਮਾਨ ਕੀਤਾ ਮਾਣ ਦਿੱਤਾ ਥੈਂਕ ਯੂ ਤੁਹਾਡਾ ਸਤਿ ਸ਼੍ਰੀ ਅਕਾਲ।